ਰਾਮ ਪੌੜੀ ਦੀਆਂ ਇਹ ਤਸਵੀਰਾਂ ਤੁਹਾਡੇ ਮਨ ਨੂੰ ਸਕੂਨ ਦੇਣਗੀਆਂ। ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਨੂੰ ਅਯੋਧਿਆ ਤੋਂ ਲਗਾਤਾਰ ਲਾਈਵ ਦਿਖਾ ਰਹੇ ਹਾਂ। ਰਾਮ ਕੀ ਪੌੜੀ ਦੀਆਂ ਇਹ ਤਸਵੀਰਾਂ ਨੇ, ਸ਼੍ਰੀ ਅਯੋਧਿਆ ਜੀ ਦੀਆਂ ਤਸਵੀਰਾਂ ਨੇ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ, ਮੈਂ ਗਗਨ ਸ਼ੁਕਲਾ। ਸ਼੍ਰੀ ਰਾਮ ਜਨਮ ਭੂਮੀ ਸ਼੍ਰੀ ਅਯੋਧਿਆ ਜੀ ਦੇ ਵਿੱਚ ਅਤੇ ਤਸਵੀਰਾਂ ਰੌਂਗਟੇ ਖੜੇ ਕਰਨ ਵਾਲੀਆਂ ਨੇ। ਕਿਸ ਤਰ੍ਹਾਂ ਦਾ ਮਨਮੋਹਕ ਨਜ਼ਾਰਾ ਹੈ, ਕਿਸ ਤਰ੍ਹਾਂ ਦਾ ਦਿਲ ਨੂੰ ਸਕੂਨ ਦੇਣ ਵਾਲਾ ਨਜ਼ਾਰਾ ਹੈ, ਉਹ ਰਾਮ ਪੈੜੀ ਦੀਆਂ ਤਸਵੀਰਾਂ ਦੁਆਰਾ ਇਹ ਦੇਖੋ। ਤਾਂ ਤਸਵੀਰਾਂ ਤੁਹਾਨੂੰ ਦੇਖ ਸਕਦੇ ਹੋ, ਬੇਹੱਦ ਖਾਸ ਤਸਵੀਰਾਂ ਨੇ ਅਤੇ ਰਾਮ ਪੌੜੀ ਦੀਆਂ ਤਸਵੀਰਾਂ ਨੇ। ਦੇਖੋ ਰਾਮ ਪੌੜੀ ਦੀਆਂ ਇਹ ਤਸਵੀਰਾਂ ਤੁਹਾਡੇ ਮਨ ਨੂੰ ਸਕੂਨ ਦੇਣਗੀਆਂ। ਦੇਖ ਸਕਦੇ ਹੋ ਬੇਹੱਦ ਖਾਸ ਨਜ਼ਾਰਾ ਰਾਮ ਪੌੜੀ ਦਾ। ਤਾਂ ਕੈਮਰਾ ਪਰਸਨ ਅਭਿਸ਼ੇਕ ਨੂੰ ਕਹੂੰਗਾ, ਅਭਿਸ਼ੇਕ ਉੱਧਰ ਦੀਆਂ ਤਸਵੀਰਾਂ ਦਿਖਾ ਦਿਓ, ਕਿਸ ਤਰ੍ਹਾਂ ਦਾ ਮਨ ਨੂੰ ਮੋਹਣ ਵਾਲਾ ਮਾਹੌਲ ਜਿਹੜਾ ਉਹ ਰਾਮ ਪੌੜੀ 'ਚ ਨਜ਼ਰ ਆ ਰਿਹਾ। ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਨੂੰ ਅਯੋਧਿਆ ਤੋਂ ਲਗਾਤਾਰ ਲਾਈਵ ਦਿਖਾ ਰਹੇ ਹਾਂ। ਰਾਮ ਕੀ ਪੌੜੀ ਦੀਆਂ ਤਸਵੀਰਾਂ ਨੇ, ਸ਼੍ਰੀ ਅਯੋਧਿਆ ਜੀ ਦੀਆਂ ਤਸਵੀਰਾਂ ਨੇ। ਅਗਰ ਅੱਗੇ ਤਾਂ ਦੇਖੋ, ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਰਾਮ ਕੀ ਪੌੜੀ ਤੋਂ ਇਹ ਤਸਵੀਰਾਂ ਨੇ, ਜਿੱਥੇ ਬੇਹੱਦ ਦਿਲਕਸ਼ ਅਤੇ ਮਨ ਨੂੰ ਮੋਹ ਲੈਣ ਵਾਲਾ ਨਜ਼ਾਰਾ ਨਜ਼ਰ ਆ ਰਿਹਾ। ਦੇਖੋ ਤੁਹਾਡਾ ਇਹ ਸਭ ਤਸਵੀਰਾਂ ਦੇਖ ਕੇ ਮਨ ਜਿਹੜਾ ਉਹ ਗਦ ਗਦ ਹੋ ਉੱਠੇਗਾ। ਤਾਂ ਲਗਾਤਾਰ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਦੇਖ ਸਕਦੇ ਹੋ ਰਾਮ ਕੀ ਪੌੜੀ ਦੀਆਂ ਤਸਵੀਰਾਂ ਲਗਾਤਾਰ ਰਾਤ ਦੀਆਂ ਸ਼ੇਅਰ ਕੀਤੀਆਂ ਨੇ ਤੁਹਾਡੇ ਨਾਲ। ਤਾਂ ਦੇਖ ਸਕਦੇ ਹੋ ਸ਼੍ਰੀ ਅਯੋਧਿਆ ਜੀ ਬੇਹੱਦ ਮੁਕੱਦਸ ਪਾਵਨ ਅਤੇ ਉਹ ਪਵਿੱਤਰ ਧਰਤੀ ਹੈ ਜਿੱਥੇ ਭਗਵਾਨ ਸ਼੍ਰੀ ਰਾਮ ਨੇ ਜਨਮ ਲਿਆ। ਤਾਂ ਰਾਮ ਪੌੜੀ 'ਤੇ ਮੌਜੂਦ ਹਾਂ ਅਤੇ ਰਾਮ ਪੌੜੀ ਦਾ ਦ੍ਰਿਸ਼ ਦੇਖ ਕੇ ਤੁਹਾਨੂੰ ਤਸਵੀਰਾਂ ਦੇਖ ਕੇ ਤੁਸੀਂ ਕਹੋਗੇ ਕਿ ਇਹ ਨਜ਼ਾਰਾ ਦੇਖਣ ਵਾਲਾ, ਕਦੇ ਮਿਸ ਨਹੀਂ ਕਰਨ ਵਾਲਾ। ਤਾਂ ਜਿਸ ਤਰ੍ਹਾਂ ਦਾ ਆਯੋਜਨ, ਜਿਸ ਤਰ੍ਹਾਂ ਦਾ ਰਾਮ ਉਤਸਵ ਨੂੰ ਲੈ ਕੇ ਅਯੋਧਿਆ ਦੇ ਵਿੱਚ ਪ੍ਰੋਗਰਾਮ ਹੈ, ਤਾਂ ਤੁਸੀਂ ਆਸ਼ਚਰਸ਼ ਕਰ ਉੱਠੋਗੇ। ਕੈਮਰਾਮੈਨ ਅਭਿਸ਼ੇਕ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ। ਰਾਮ ਪੌੜੀ ਦੀਆਂ ਇਹ ਤਸਵੀਰਾਂ ਤੁਹਾਡੇ ਮਨ ਨੂੰ ਸਕੂਨ ਦੇਣਗੀਆਂ। ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਨੂੰ ਅਯੋਧਿਆ ਤੋਂ ਲਗਾਤਾਰ ਲਾਈਵ ਦਿਖਾ ਰਹੇ ਹਾਂ। ਰਾਮ ਕੀ ਪੌੜੀ ਦੀਆਂ ਇਹ ਤਸਵੀਰਾਂ ਨੇ, ਸ਼੍ਰੀ ਅਯੋਧਿਆ ਜੀ ਦੀਆਂ ਤਸਵੀਰਾਂ ਨੇ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ, ਮੈਂ ਗਗਨ ਸ਼ੁਕਲਾ। ਸ਼੍ਰੀ ਰਾਮ ਜਨਮ ਭੂਮੀ ਸ਼੍ਰੀ ਅਯੋਧਿਆ ਜੀ ਦੇ ਵਿੱਚ ਅਤੇ ਤਸਵੀਰਾਂ ਰੌਂਗਟੇ ਖੜੇ ਕਰਨ ਵਾਲੀਆਂ ਨੇ। ਕਿਸ ਤਰ੍ਹਾਂ ਦਾ ਮਨਮੋਹਕ ਨਜ਼ਾਰਾ ਹੈ, ਕਿਸ ਤਰ੍ਹਾਂ ਦਾ ਦਿਲ ਨੂੰ ਸਕੂਨ ਦੇਣ ਵਾਲਾ ਨਜ਼ਾਰਾ ਹੈ, ਉਹ ਰਾਮ ਪੈੜੀ ਦੀਆਂ ਤਸਵੀਰਾਂ ਦੁਆਰਾ ਇਹ ਦੇਖੋ। ਤਾਂ ਤਸਵੀਰਾਂ ਤੁਹਾਨੂੰ ਦੇਖ ਸਕਦੇ ਹੋ, ਬੇਹੱਦ ਖਾਸ ਤਸਵੀਰਾਂ ਨੇ ਅਤੇ ਰਾਮ ਪੌੜੀ ਦੀਆਂ ਤਸਵੀਰਾਂ ਨੇ। ਦੇਖੋ ਰਾਮ ਪੌੜੀ ਦੀਆਂ ਇਹ ਤਸਵੀਰਾਂ ਤੁਹਾਡੇ ਮਨ ਨੂੰ ਸਕੂਨ ਦੇਣਗੀਆਂ। ਦੇਖ ਸਕਦੇ ਹੋ ਬੇਹੱਦ ਖਾਸ ਨਜ਼ਾਰਾ ਰਾਮ ਪੌੜੀ ਦਾ। ਤਾਂ ਕੈਮਰਾ ਪਰਸਨ ਅਭਿਸ਼ੇਕ ਨੂੰ ਕਹੂੰਗਾ, ਅਭਿਸ਼ੇਕ ਉੱਧਰ ਦੀਆਂ ਤਸਵੀਰਾਂ ਦਿਖਾ ਦਿਓ, ਕਿਸ ਤਰ੍ਹਾਂ ਦਾ ਮਨ ਨੂੰ ਮੋਹਣ ਵਾਲਾ ਮਾਹੌਲ ਜਿਹੜਾ ਉਹ ਰਾਮ ਪੌੜੀ 'ਚ ਨਜ਼ਰ ਆ ਰਿਹਾ। ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਨੂੰ ਅਯੋਧਿਆ ਤੋਂ ਲਗਾਤਾਰ ਲਾਈਵ ਦਿਖਾ ਰਹੇ ਹਾਂ।
ਰਾਮ ਕੀ ਪੌੜੀ ਦੀਆਂ ਤਸਵੀਰਾਂ ਨੇ, ਸ਼੍ਰੀ ਅਯੋਧਿਆ ਜੀ ਦੀਆਂ ਤਸਵੀਰਾਂ ਨੇ। ਅਗਰ ਅੱਗੇ ਤਾਂ ਦੇਖੋ ਤਾਂ ਦੇਖ ਸਕਦੇ ਹੋ, ਸਿੱਧੀਆਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਰਾਮ ਕੀ ਪੌੜੀ ਤੋਂ ਇਹ ਤਸਵੀਰਾਂ ਨੇ, ਜਿੱਥੇ ਬੇਹੱਦ ਦਿਲਕਸ਼ ਅਤੇ ਮਨ ਨੂੰ ਮੋਹ ਲੈਣ ਵਾਲਾ ਨਜ਼ਾਰਾ ਨਜ਼ਰ ਆ ਰਿਹਾ। ਦੇਖੋ ਤੁਹਾਡਾ ਇਹ ਸਭ ਤਸਵੀਰਾਂ ਦੇਖ ਕੇ ਮਨ ਜਿਹੜਾ ਉਹ ਗਦ ਗਦ ਹੋ ਉੱਠੇਗਾ। ਤਾਂ ਲਗਾਤਾਰ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਦੇਖ ਸਕਦੇ ਹੋ ਰਾਮ ਕੀ ਪੌੜੀ ਦੀਆਂ ਤਸਵੀਰਾਂ ਲਗਾਤਾਰ ਰਾਤ ਦੀਆਂ ਸ਼ੇਅਰ ਕੀਤੀਆਂ ਨੇ ਤੁਹਾਡੇ ਨਾਲ। ਤਾਂ ਦੇਖ ਸਕਦੇ ਹੋ ਸ਼੍ਰੀ ਅਯੋਧਿਆ ਜੀ ਬੇਹੱਦ ਮੁਕੱਦਸ ਪਾਵਨ ਅਤੇ ਉਹ ਪਵਿੱਤਰ ਧਰਤੀ ਹੈ ਜਿੱਥੇ ਭਗਵਾਨ ਸ਼੍ਰੀ ਰਾਮ ਨੇ ਜਨਮ ਲਿਆ। ਤਾਂ ਰਾਮ ਪੌੜੀ 'ਤੇ ਮੌਜੂਦ ਹਾਂ ਅਤੇ ਰਾਮ ਪੌੜੀ ਦਾ ਦ੍ਰਿਸ਼ ਦੇਖ ਕੇ ਤੁਹਾਨੂੰ ਤਸਵੀਰਾਂ ਦੇਖ ਕੇ ਤੁਸੀਂ ਕਹੋਗੇ ਕਿ ਇਹ ਨਜ਼ਾਰਾ ਦੇਖਣ ਵਾਲਾ ਕਦੇ ਮਿਸ ਨਹੀਂ ਕਰਨ ਵਾਲਾ। ਤਾਂ ਜਿਸ ਤਰ੍ਹਾਂ ਦਾ ਆਯੋਜਨ, ਜਿਸ ਤਰ੍ਹਾਂ ਦਾ ਰਾਮ ਉਤਸਵ ਨੂੰ ਲੈ ਕੇ ਅਯੋਧਿਆ ਦੇ ਵਿੱਚ ਪ੍ਰੋਗਰਾਮ ਹੈ ਤਾਂ ਤੁਸੀਂ ਆਸ਼ਚਰਜ ਕਰ ਉੱਠੋਗੇ। ਕੈਮਰਾਮੈਨ ਅਭਿਸ਼ੇਕ ਨਾਲ ਗਗਨ ਸ਼ੁਕਲਾ, ਡੇਲੀ ਪੋਸਟ, ਪੰਜਾਬੀ।